ਡੇ ਮਨਾਇਆ ਜਾ ਰਿਹਾ ਸਰ, ਕੀ ਕਹੋਗੇ? ਬੱਚਿਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਵੋਟਰ ਬਾਰੇ ਜਾਗਰੂਕ ਕੀਤਾ। ਹਾਂਜੀ, ਮਾਨਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 25 ਜਨਵਰੀ ਹਰ ਸਾਲ ਰਾਸ਼ਟਰੀ ਵੋਟਰ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ। ਇਸ ਵਾਰੀ ਇਹ 14ਵਾਂ ਦਿਹਾੜਾ ਮਨਾਇਆ ਗਿਆ। ਅੱਜ ਦੇ ਦਿਨ ਦੀ ਮਹੱਤਤਾ ਇਤਿਹਾਸਿਕ ਤੌਰ 'ਤੇ ਹੈ, ਕਿਉਂਕਿ ਅੱਜ ਹੀ 25 ਜਨਵਰੀ 1950 ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋਣ ਦੇ ਵਿੱਚ ਆਇਆ ਸੀ, ਔਰ ਅੱਜ ਜਿਹੜੇ ਨਵੇਂ ਵੋਟਰ ਬਣੇ ਨੇ, ਜਿਹੜੇ 18 ਸਾਲ ਦੇ ਹੋਏ ਨੇ 1 ਜਨਵਰੀ ਨੂੰ, ਉਹਨਾਂ ਨੂੰ ਐਪਿਕ ਕਾਰਡ ਦੇ ਕੇ ਅੱਜ ਇਸ ਪੂਰੀ ਪ੍ਰਕਿਰਿਆ ਦੇ ਨਾਲ ਜੋੜਿਆ ਜਾਂਦਾ, ਤਾਂ ਕਿ ਇਸ ਤੋਂ ਬਾਅਦ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਉਹ ਹਿੱਸਾ ਲੈ ਸਕਣ। ਸਰ, ਬੱਚਿਆਂ ਨੇ ਵੀ ਬੋਲੀਆਂ ਪਾ ਕੇ ਵੋਟਾਂ ਦੇ ਸੰਬੰਧਿਤ ਬੜੇ ਵਧੀਆ ਤਰੀਕੇ ਨਾਲ ਵੋਟਾਂ ਬਾਰੇ ਦੱਸਿਆ। ਹਾਂਜੀ ਹਾਂ, ਉਹ ਸਾਰਿਆਂ ਦੇ ਵਿੱਚ ਉਤਸ਼ਾਹ ਸੀਗਾ, ਔਰ ਇਸ ਤੋਂ ਲੱਗਦਾ ਇਹ ਹੈ ਕਿ ਹੁਣ ਇਹ ਯੰਗ ਵੋਟਰਸ ਦੀ, PWD ਦੀ, NRIs ਦੀ ਜਾਂ ਟਰਾਂਸਜੈਂਡਰਸ ਦੀ ਇਸ ਪ੍ਰਕਿਰਿਆ ਦੇ ਵਿੱਚ ਜਿਹੜੀ ਆ ਸ਼ਮੂਲੀਅਤ ਵਧੇਗੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਮੋਗੇ ਜ਼ਿਲ੍ਹੇ ਦੀਆਂ ਚਾਰੋਂ ਕੰਸਟੀਚੁਐਂਸੀ ਨੇ ਜਿਹੜੀਆਂ ਅਸੈਂਬਲੀ ਦੀਆਂ, ਉਹਨਾਂ ਦੀ ਪੋਲ ਪਰਸੈਂਟੇਜ ਆ ਜਿਹੜੀ ਉਹ ਵੀ ਵਧੇਗੀ, ਕਿਉਂਕਿ ਹੁਣ ਤਾਂ ਸਪੈਸ਼ਲ ਕੈਂਪਸ ਵੀ ਲੱਗਦੇ ਹੈਗੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ, ਉਹ ਡੇਟਸ ਵੀ ਤੈਅ ਕੀਤੀਆਂ ਜਾਂਦੀਆਂ ਨੇ। ਉਹਨਾਂ ਦਿਨਾਂ ਦੇ ਵਿੱਚ ਤਾਂ ਸਾਰੇ BLOs ਦੀ ਚੈਕਿੰਗ ਹੁੰਦੀ ਹੈ ਕਿ ਉਹ ਬੂਥਾਂ ਦੇ ਉੱਪਰ ਬੈਠ ਕੇ ਬਣਾਉਂਦੇ ਨੇ, ਪਰ ਫਿਰ ਵੀ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਫੋਰਮ ਨੰਬਰ 6 ਭਰ ਕੇ ਉਹ SDM ਦਫ਼ਤਰ ਦੇ ਵਿੱਚ ਵੀ ਆ ਸਕਦੇ ਨੇ, BLO ਦੇ ਦਫ਼ਤਰ ਦੇ ਵਿੱਚ ਵੀ ਜਾ ਸਕਦੇ ਨੇ ਜਿਹੜਾ ਵੀ ਐਪਲੀਕੈਂਟ ਹੈਗਾ, ਅਤੇ ਪਲੱਸ ਹੁਣ ਤਾਂ ਕਈ ਅਵੈਨਿਊਜ਼ ਹੈਗੇ ਆ ਜਿੱਥੋਂ ਔਨਲਾਈਨ ਅਪਲਾਈ ਕੀਤਾ ਜਾ ਸਕਦਾ, ਤਾਂ ਉਹ ਔਨਲਾਈਨ ਅਪਲਾਈ ਕਰ ਸਕਦੇ। ਬੂਥ ਨੰਬਰ ਜਿਹੜਾ 132-33-34-35-36 ਗੁਰੂ ਰਾਮਦਾਸ ਸਕੂਲ ਨੂੰ ਪੈਂਦਾ ਹੈਗਾ, ਵੋਟਰ ਜਿਹੜੇ ਹੈਗੇ ਉਹਦੇ ਸਾਰੇ ਸਲਾਮੇਰੀਆ ਹੋਣ ਕਰਕੇ BLO ਕਦੇ ਮਿਲਦੇ ਹੀ ਨਹੀਂ ਉੱਥੇ ਜੀ। ਇਹ ਤੁਸੀਂ ਹੁਣ ਧਿਆਨ 'ਚ ਲਿਆਉਂਦੀ ਹੈ, ਅਸੀਂ ਚੈੱਕ ਕਰ ਲੈਂਦੇ ਹਾਂ, ਬਟ ਇਸ ਤਰ੍ਹਾਂ ਦੀ ਕੋਈ ਪਹਿਲਾਂ ਗੱਲ ਨਹੀਂ ਆਈ।